ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਕੌਰ ਸਿੱਧੂ। ਅੱਜ ਅਸੀਂ ਪਿੰਡ ਤੋਤਾ ਸਿੰਘ ਵਾਲਾ ਦੇ ਵਿੱਚ ਹਾਂ, ਜ਼ਿਲ੍ਹਾ ਮੋਗਾ ਦੇ ਵਿੱਚ। ਸੋ ਬਹੁਤ ਹੀ ਇਹ ਛੋਟਾ ਜਿਹਾ ਪਿੰਡ ਆ। ਇੱਥੇ ਆਲਮੋਸਟ 19-20 ਜਿਹੜੇ ਉਹ ਬੱਚੇ ਆ ਇਸ ਸਕੂਲ ਦੇ ਵਿੱਚ, ਅਤੇ ਇਸ ਸਕੂਲ ਦੇ ਜਿਹੜੇ ਆ ਉਹ ਸਟਾਫ ਮੈਂਬਰਸ ਨੂੰ ਵੀ ਸ਼ੂਜ਼ ਜਿਹੜੇ ਆ ਉਹ ਅੱਜ ਦਿੱਤੇ ਜਾਣਗੇ। ਸੋ ਸਾਡੀ 50,000 ਸ਼ੂਜ਼ ਦੀ ਮੁਹਿੰਮ ਦੇ ਵਿੱਚ ਸਾਰਿਆਂ ਦਾ ਇੰਨਾ ਬਾਖੂਬੀ ਸਾਡਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸਾਡੇ ਸਾਰੇ ਵਾਲੰਟੀਅਰਸ ਅਤੇ ਡੋਨਰਸ ਦਾ ਜਿਹੜਾ ਬਹੁਤ ਬਹੁਤ ਸ਼ੁਕਰੀਆ। ਅਤੇ ਥੋੜ੍ਹੇ ਹੀ ਦਿਨ ਪਹਿਲਾਂ ਅਸੀਂ ਇੱਕ ਸਟੋਰੀ ਪਾਈ ਸੀ ਸਲੀਮ ਸਿੰਘ ਦਾ ਬਸਤਾ। ਸੋ ਬਹੁਤ ਹੀ ਸਾਰਿਆਂ ਨੇ ਉਸ ਸਟੋਰੀ ਨੂੰ ਬੜਾ ਪਿਆਰ ਦਿੱਤਾ ਹੈ, ਜਿਹਦੇ ਵਿੱਚ ਅਸੀਂ ਇਹ ਦੱਸਿਆ ਸੀ ਕਿ ਬਹੁਤ ਸਾਰੇ ਬੱਚੇ ਨੇ ਸਕੂਲਾਂ ਦੇ ਵਿੱਚ ਜਿਹੜੇ ਕਿ ਆਪਣੇ ਪੋਲੀਥਿਨ ਦੇ ਵਿੱਚ, ਆਪਣੇ ਲਿਫਾਫੇ ਦੇ ਵਿੱਚ ਜਿਹੜੇ ਆ ਉਹ ਆਪਣੀਆਂ ਬੁੱਕਸ ਲੈ ਕੇ ਆਉਂਦੇ ਨੇ। ਬਹੁਤ ਸਾਰੇ ਨਹੀਂ ਕਹਿ ਸਕਦੇ ਕਿ 10 ਵਿੱਚੋਂ 1-2 ਬੱਚੇ ਜਿਹੜੇ ਆ ਇੱਦਾਂ ਦੇ ਹੁੰਦੇ ਨੇ, ਜਾਂ ਕਿਸੇ ਸਕੂਲ ਵਿੱਚ ਜ਼ਿਆਦਾ ਲੋੜਵੰਦ ਬੱਚੇ ਹੁੰਦੇ ਨੇ। ਸੋ ਉਸ ਸਟੋਰੀ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ, ਅਤੇ ਮੈਂ ਆਪਣੇ ਡੋਨਰਸ ਦੀ ਬੜੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਿ ਉਸ ਸਟੋਰੀ ਨੂੰ ਪੜ੍ਹ ਕੇ ਜਿਹੜੇ ਆ ਉਹ ਕੁਛ ਬੈਗਸ ਜਿਹੜੇ ਆ ਸਪੋਂਸਰ ਕੀਤੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਭੁਪਿੰਦਰ ਸਿੰਘ ਜੀ, ਜੋ ਕਿ ਕੈਨੇਡਾ ਤੋਂ ਨੇ, ਜਿਨ੍ਹਾਂ ਨੇ ਮੈਨੂੰ ਇੰਸਟੈਂਟ ਮੈਸੇਜ ਕੀਤਾ ਕਿ ਇਸ ਬੱਚੇ ਨੂੰ ਜਿਹੜੇ ਬੈਗ ਦੇ ਦਿਓ, ਜਾਂ ਕਿਸੇ ਨੂੰ ਲੋੜ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਉਪਜੀਤ ਜੀ ਨੇ ਲੁਧਿਆਣਾ ਤੋਂ ਮੈਨੂੰ ਮੈਸੇਜ ਕੀਤਾ ਕਿ ਤੁਹਾਨੂੰ ਜੇ ਬੈਗ ਦੀ ਜ਼ਰੂਰਤ ਪਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਅਤੇ ਸਭ ਤੋਂ ਜ਼ਿਆਦਾ ਮੈਂ ਸ਼ੁਕਰਗੁਜ਼ਾਰ ਹਾਂ ਜਗਪਾਲ ਸਿੱਧੂ ਅਤੇ ਉਹਨਾਂ ਦੀ ਵਾਈਫ ਪਰਨੀਤ ਪਾਲ ਕੌਰ, ਜਿਨ੍ਹਾਂ ਨੇ ਇਸ ਸਟੋਰੀ ਨੂੰ ਪੜ੍ਹ ਕੇ ਜਿਹੜਾ ਹੈ ਉਹਨਾਂ ਨੇ ਬੈਗਸ ਜਿਹੜੇ ਆ ਦੇਣ ਦੀ ਮੈਨੂੰ ਰਿਕੁਐਸਟ ਕੀਤੀ। ਅਤੇ ਤਿੰਨਾਂ ਡੋਨਰਸ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਦੱਸਣਾ ਚਾਹੁੰਦੀ ਹਾਂ ਇਸ ਵੀਡੀਓ ਰਾਹੀਂ ਕਿ ਤੁਹਾਡੇ ਕਹਿਣ 'ਤੇ ਜਗਪਾਲ ਸਿੱਧੂ ਅਤੇ ਪਰਨੀਤ ਪਾਲ ਕੌਰ ਜੀ, ਅਸੀਂ 10 ਬੈਗਸ ਜਿਹੜੇ ਆ ਉਹ ਖਰੀਦੇ ਨੇ, ਅਤੇ ਤੁਹਾਡੇ ਇਸ ਸਾਥ ਦੇ ਕਰਕੇ ਅੱਜ ਅਸੀਂ ਤੋਤਾ ਸਿੰਘ ਵਾਲਾ ਸਕੂਲ ਦੇ ਵਿੱਚ ਹਾਂ, ਜਿੱਥੇ ਕਿ 2 ਬੱਚੇ ਫਿਰ ਆਪਣੇ ਜਿਹੜੇ ਲਿਫਾਫੇ ਦੇ ਵਿੱਚ ਹੀ ਜਿਹੜਾ ਵਾ ਉਹ ਆਪਣੀਆਂ ਬੁੱਕਸ ਲੈ ਕੇ ਆਏ ਨੇ। ਇੱਕ 4th ਕਲਾਸ ਦਾ ਬੱਚਾ ਹੈ ਅਤੇ ਇੱਕ 3rd ਕਲਾਸ ਦਾ ਬੱਚਾ ਹੈ, ਅਤੇ ਇਹਨਾਂ ਨੂੰ ਅੱਜ ਅਸੀਂ ਨਿਊ ਬੈਗਸ ਦਿੱਤੇ ਨੇ। ਅਤੇ ਸਾਰੇ ਹੀ ਡੋਨਰਸ ਦੀ ਮੈਂ ਬੜੀ ਸ਼ੁਕਰਗੁਜ਼ਾਰ ਹਾਂ, ਜਿਹੜੇ ਕਿ ਸਾਡੀ ਗੱਲ ਨੂੰ ਬੜੀ ਸੀਰੀਅਸਲੀ ਲੈਂਦੇ ਨੇ ਅਤੇ ਅੱਗੋਂ ਸਾਡੀ ਮਦਦ ਵੀ ਕਰਦੇ ਨੇ। ਮੇਰੇ ਕੋਲ ਬੱਚੇ ਬੈਠੇ ਨੇ ਇੱਥੇ, ਸੋ ਇਹ ਵਾਲਾ ਬੱਚਾ ਇਹ ਗ੍ਰੀਨ ਵਾਲਾ ਆਪਣਾ ਬੈਗ ਲੈ ਕੇ ਆਇਆ ਸਕੂਲ ਦੇ ਵਿੱਚ, ਅਤੇ ਇਹਨੂੰ ਆਪਾਂ ਨਿਊ ਬੈਗ ਦਿੱਤਾ। ਆਪਣਾ ਦਿਖਾਓ ਨਿਊ ਬੈਗ ਦਿਖਾਓ ਆਪਣਾ। ਤੁਹਾਡਾ ਨਾਮ ਕੀ ਆ? ਗੁਰਵਿੰਦਰ ਸਿੰਘ। ਹਾਂ, ਅਤੇ ਇਹ ਵੀ ਬੱਚਾ ਪੋਲੀਥੀਨ ਲੈ ਕੇ ਆਇਆ, ਇਹਦੀ ਵੱਡੀ ਕਲਾਸ ਹੈ ਅਤੇ ਇਹਨੂੰ ਵੀ ਅਸੀਂ ਅੱਜ ਜਿਹੜਾ ਹੈ ਉਹ ਬੈਗ ਸਕੂਲ ਦੇ ਵਿੱਚ ਦਿੱਤਾ। ਸੋ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਡੋਨਰਸ ਵੋਲੰਟੀਅਰਸ ਸਾਡੀਆਂ ਜਿਹੜੀਆਂ ਫੀਲਿੰਗਸ ਆ, ਸਾਡੀ ਜਿਹੜਾ ਐਕਸਪੀਰੀਅੰਸ ਆ ਉਹਨੂੰ ਬੜਾ ਸੀਰੀਅਸਲੀ ਲੈਂਦੇ ਨੇ ਅਤੇ ਸਾਡੀ ਮਦਦ ਕਰ ਰਹੇ ਨੇ ਕਿ ਅਸੀਂ ਬੱਚਿਆਂ ਦੀ ਹੋਰ ਬੈਟਰ ਤਰੀਕੇ ਨਾਲ ਹੈਲਪ ਕਰ ਸਕੀਏ। ਸੋ ਬੜਾ ਹੀ ਵਧੀਆ ਲੱਗਦਾ ਕਿ ਜਦੋਂ ਅੱਜ ਮੈਨੂੰ ਬੜਾ ਅੱਛਾ ਐਕਸਪੀਰੀਅੰਸ ਹੋਇਆ ਕਿ ਆਉਂਦੇ ਹੀ ਮੇਰੀ ਨਜ਼ਰ ਸੀ ਕਿ ਅਸੀਂ ਅੱਜ 10 ਬੈਗਸ ਜਿਹੜੇ ਆਪਣੀ ਕਾਰ ਵਿੱਚ ਰੱਖੇ ਨੇ, ਅਤੇ ਜਿਹੜੇ ਕਿ ਅਸੀਂ ਜਗਪਾਲ ਸਿੱਧੂ ਅਤੇ ਪਰਨੀਤ ਪਾਲ ਕੌਰ ਦੀ ਬਦੌਲਤ ਅਸੀਂ ਉਹ ਬੈਗਸ ਅੱਜ ਰੱਖੇ ਨੇ। ਅਤੇ ਆਉਂਦਿਆਂ ਹੀ ਜਿਹੜਾ ਵਾ ਉਹ ਮੈਂ ਨੋਟ ਕੀਤਾ ਕਿ 2 ਬੱਚੇ ਨੇ ਜਿਹੜੇ ਕਿ ਆਪਣਾ ਬੋਰੀ ਵਾਲੇ ਜਿਹੜਾ ਪੋਲੀਥੀਨ ਬਣਾਇਆ ਉਹਨਾਂ ਨੇ ਬੈਗ, ਜਾਂ ਪੋਲੀਥੀਨ ਦੇ ਵਿੱਚ ਆਪਣੇ ਜਿਹੜੇ ਆ ਉਹ ਬੁੱਕਸ ਲੈ ਕੇ ਆ ਰਹੇ ਨੇ, ਐਂਡ ਦੇ ਨੀਡ, ਉਹਨਾਂ ਨੂੰ ਜ਼ਰੂਰਤ ਆ ਬੈਗ ਦੀ, ਅਤੇ ਉਹਨਾਂ ਨੂੰ ਅਸੀਂ ਅੱਜ ਬੈਗ ਜਿਹੜੇ ਆ ਉਹ ਦੇ ਸਕੇ ਹਾਂ। ਸੋ ਅੱਜ ਅਸੀਂ ਪਿੰਡ ਤੋਤਾ ਸਿੰਘ ਵਾਲਾ ਦੇ ਵਿੱਚ ਹਾਂ। ਇੱਥੇ 19 ਸਟੂਡੈਂਟਸ ਆ, ਟੋਟਲ ਅਰਾਊਂਡ 19-20 ਸਟੂਡੈਂਟਸ ਆ, ਜਿਹਦੇ ਵਿੱਚੋਂ ਕਿ 9 ਸਟੂਡੈਂਟਸ ਕਹਿ ਲਓ ਕਿ ਆਲਮੋਸਟ 50% ਜਿਹੜੇ ਬੱਚੇ ਆ ਉਹ ਚੱਪਲਾਂ ਦੇ ਵਿੱਚ ਸਕੂਲ ਦੇ ਵਿੱਚ ਆਏ ਨੇ। ਕਿੱਦਾਂ ਦੇ ਲੱਗੇ ਤੁਹਾਨੂੰ ਬੂਟ ਦੱਸੋ? ਹਾਂ, ਰੋਜ਼ ਪਾ ਕੇ ਆਓਗੇ? ਤੁਹਾਨੂੰ ਕਿੱਦਾਂ ਦੇ ਲੱਗੇ ਦੱਸੋ? ਦਿਖਾਓ ਫਿਰ, ਦਿਖਾਓ ਖੋਲ ਕੇ ਦਿਖਾਓ। ਹੋਰ ਕਿੰਨੇ ਸੋਹਣੇ ਲੱਗੇ ਬੂਟ? ਹਾਂ, ਇਹਨਾਂ ਦੇਖੋ।
ਤੇ ਇਸ ਕਰਕੇ ਅਸੀਂ ਜਦੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਆਪਾਂ ਕੈਂਪੇਨਸ ਕਰਦੇ ਹਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਛੋਟਾ ਸਕੂਲ ਜਿਹੜਾ ਵੱਡੇ ਦੇ ਨਾਲ ਹੀ ਅਸੀਂ ਕਵਰ ਕਰ ਲਈਏ, ਜਿਵੇਂ ਕਿ ਅੱਜ ਅਸੀਂ ਦੌਦਰ ਪਿੰਡ ਵਿੱਚ ਵੀ ਜਾਵਾਂਗੇ ਤੇ ਉਸ ਤੋਂ ਪਹਿਲਾਂ ਅਸੀਂ ਇਹ ਛੋਟਾ ਜਿਹਾ ਪਿੰਡ ਤੋਤਾ ਸਿੰਘ ਵਾਲਾ ਇਹਨੂੰ ਅਸੀਂ ਅੱਜ ਕਵਰ ਕਰ ਰਹੇ ਹਾਂ, ਜਿੱਥੇ ਕਿ ਆਲਮੋਸਟ 19-20 ਬੱਚਿਆਂ ਨੂੰ ਅੱਜ ਸ਼ੂਜ਼ ਦਿੱਤੇ ਜਾਣਗੇ ਤੇ ਇਸ ਸਕੂਲ ਦਾ ਜਿਹੜਾ ਹੈਲਪਿੰਗ ਸਟਾਫ ਆ ਉਹਨਾਂ ਨੂੰ ਵੀ ਸ਼ੂਜ਼ ਦਿੱਤੇ ਜਾਣਗੇ। ਸੋ ਅੱਜ ਦੇ ਇਸ ਕੈਂਪੇਨ ਦੇ ਵਿੱਚ ਸਾਡੇ ਜਿਹੜੇ ਆ ਉਹ 13 ਅੱਜ ਦੇ ਜਿਹੜੇ ਸਾਡਾ ਕੈਂਪੇਨ ਆ ਇਹਦੇ ਵਿੱਚ ਜਿਹੜੇ ਆ 13,300 ਦੇ ਕਰੀਬ ਜਿਹੜੇ ਸ਼ੂਜ਼ ਆ ਉਹ ਸਾਡੇ ਜਿਹੜੇ ਉਹ ਕੰਪਲੀਟ ਹੋਣਗੇ। ਅਤੇ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਜੀ ਜੋ ਕਿ ਮਸਕਟ ਤੋਂ ਸਾਨੂੰ ਦੇਖ ਰਹੇ ਨੇ, ਅਤੇ ਤੁਹਾਡੀ ਸਾਰੀ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸੋਚਿਆ ਕਿ ਤੁਸੀਂ ਇੱਕ ਸ਼ੂ ਗਿਵਿੰਗ ਕੈਂਪੇਨ ਜਿਹੜਾ ਉਹ ਸਪੋਂਸਰ ਕਰੋ। ਅਤੇ ਸਾਰਿਆਂ ਨੂੰ ਹੀ ਮੇਰੀ ਰਿਕੁਐਸਟ ਹੈ ਕਿ ਸ਼ਾਮੀ 6:30 ਅਸੀਂ ਡੇਲੀ ਆਪਣੇ ਸਰਵੇ ਪਾਉਂਦੇ ਹਾਂ ਅਤੇ ਉਹ ਸਰਵੇਜ਼ ਨੂੰ ਦੇਖ ਕੇ ਤੁਸੀਂ ਜ਼ਰੂਰ ਸਾਡੇ ਕੈਂਪੇਨ ਸਪੋਂਸਰ ਕਰਿਆ ਕਰੋ। ਤੁਸੀਂ ਸਾਨੂੰ ਡਾਇਰੈਕਟਲੀ ਵੀ ਸ਼ੂਜ਼ ਭੇਜ ਸਕਦੇ ਹੋ, ਸੌਕਸ ਭੇਜ ਸਕਦੇ ਹੋ, ਅਤੇ ਉੱਦਾਂ ਵੀ ਐਨ ਜੀ ਓ ਨੂੰ ਜਿਹੜੀ ਆ ਜਨਰਲ ਸਪੋਰਟ ਲਈ ਜਿਹੜੀ ਆ ਆਪਣੀ ਡੋਨੇਸ਼ਨਸ ਜਿਹੜੀਆਂ ਜ਼ਰੂਰ ਤੁਸੀਂ ਭੇਜ ਸਕਦੇ ਹੋ ਤਾਂ ਕਿ ਅਸੀਂ ਉਹਨੂੰ ਐਨ ਜੀ ਓ ਨੂੰ ਸਮੂਥਲੀ ਰਨ ਕਰਨ 'ਚ ਉਹਦੇ ਓਪਰੇਸ਼ਨਲੀ ਉਹਨੂੰ ਸਕਸੈਸਫੁਲ ਉਹ ਰਹੇ ਇਹਦੇ ਵਿੱਚ ਮਦਦ ਕਰ ਸਕੀਏ ਅਸੀਂ ਸੰਸਥਾ ਦੀ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਸਾਰੇ ਹੀ ਵੋਲੰਟੀਅਰਸ ਨੂੰ ਮੇਰੇ ਵੱਲੋਂ ਇਨਵੀਟੇਸ਼ਨ ਆ ਕਿ ਤੁਸੀਂ ਜ਼ਰੂਰ ਸਾਡੇ ਨਾਲ ਜੁੜੋ, ਸਾਡੇ ਕੈਂਪੇਨਸ 'ਚ ਜੁੜੋ, ਸਾਡੇ ਈਵੈਂਟਸ ਵਿੱਚ ਜੁੜੋ ਅਤੇ ਅਸੀਂ ਰਲ ਕੇ ਜਿਹੜਾ ਉਹ ਅਸੀਂ ਕੰਮ ਕਰੀਏ। ਸੋ ਅੱਜ ਦੇ ਸਕੂਲ ਦੇ ਵਿੱਚ ਛੋਟਾ ਜਿਹਾ ਕੈਂਪੇਨ ਹੈ, ਸਾਰੇ ਮੇਰੇ ਨਾਲ ਜੁੜ ਕੇ ਇਸ ਕੈਂਪੇਨ ਨੂੰ ਦੇਖ ਸਕਦੇ ਨੇ ਕਿਉਂਕਿ ਇਸ ਹਾਰਡਲੀ ਸਾਨੂੰ 10 ਮਿੰਟਸ ਲੱਗਣਗੇ ਵੱਧ ਤੋਂ ਵੱਧ ਅਤੇ ਇਸ ਸਕੂਲ ਦੇ ਟੋਟਲ 21 ਜਿਹੜੇ ਉਹ ਬੱਚੇ ਅਤੇ ਹੈਲਪਿੰਗ ਸਟਾਫ ਆ ਜਿਹਨੂੰ ਕਿ ਅੱਜ ਸ਼ੂਜ਼ ਦਿੱਤੇ ਜਾਣਗੇ। ਸੋ ਬਹੁਤ ਖੁਸ਼ੀ ਹੋਈ ਮੈਨੂੰ ਕਿ ਅੱਜ ਅਸੀਂ 2 ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਬੈਗ ਵੀ ਦੇ ਸਕੇ ਹਾਂ, ਅਤੇ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ ਜਗਪਾਲ ਸਿੱਧੂ ਅਤੇ ਉਹਨਾਂ ਦੀ ਵਾਈਫ ਦਾ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਆਪਣੇ ਬਿਨਾਂ ਬੈਗ ਤੋਂ ਠੀਕ ਨਹੀਂ ਸੀ
ਕਿਹੜੀ ਕਲਾਸ ਤੁਹਾਡੀ? ਪਹਿਲੀ ਚ। ਵਧੀਆ ਲੱਗੇ ਬੂਟ ਕਿ ਨਹੀਂ? ਹੈਂ? ਇੱਧਰ ਪਾਈ 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 ਹੱਸ ਕੇ ਦਿਖਾ ਦੇ, ਹੱਸ ਕੇ ਹੱਸ ਕੇ ਹੱਸ ਕੇ ਹੱਸ ਕੇ ਪੂਰਾ ਹੱਸ ਕੇ। ਆਹਾ ਕਿੰਨੇ ਵਧੀਆ ਲੱਗੇ ਦੱਸੋ 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 ਦੱਸਦੇ 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 ਨਾਮ ਕੀ ਤੁਹਾਡਾ? ਚਲੋ ਜੀ ਇੱਥੇ ਖਲੋ ਕੇ ਫੋਟੋ ਖਿਚਾਣੀ ਬਸ ਹੱਸ ਕੇ। ਚਲੋ ਜੀ ਖਿੱਚੋ ਇਹਦੇ ਨਾਲ। ਹਾਏ ਹਾਏ ਚੱਲ ਭੱਜੋ ਭੱਜੋ ਆ ਲੈ ਜਾਓ ਚੱਪਲ ਤੇ ਲੈ ਜਾ ਭੁੱਲ ਗਿਆ ਚੱਪਲ ਘਰ ਬੂਟ ਹੈਗੇ ਦੇਖੋ ਚਲੋ ਇੱਥੇ ਬਹਿ ਜਾਓ ਆਰਾਮ ਇੱਥੇ ਬਹਿਣਾ ਜਾਣਾ ਨੀ ਜਾਣਾ ਚਲੋ ਭੱਜੋ ਭੱਜੋ ਪਾਣੀ ਕਰ ਦੇਖੋ ਪਾਣੀ ਇੱਕ ਹੋਰ ਚਲੋ ਚੱਪਲ ਲੈ ਜਾਓ
ਮੈਨੂੰ ਜੁੱਫੀ ਪਾਉਂਗੀ? ਚਲੋ ਜੀ ਕਲਾਸ ਤੁਹਾਡੀ ਬਾਬਾ ਸੋ ਅੱਜ ਅਸੀਂ ਪਿੰਡ ਤੋਤਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਹਾਂ ਅਤੇ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਜੀ ਜੋ ਕਿ ਮਸਕਟ ਤੋਂ ਨੇ ਜਿਨ੍ਹਾਂ ਨੇ ਅੱਜ ਦਾ ਇਹ ਕੈਂਪੇਨ ਸਪੋਂਸਰ ਕੀਤਾ ਅਤੇ ਬਹੁਤ ਹੀ ਸਾਨੂੰ ਅੱਛਾ ਲੱਗਦਾ ਕਿ ਜਦੋਂ ਅਸੀਂ ਛੋਟੇ ਛੋਟੇ ਪਿੰਡ ਜਿਹੜੇ ਆ ਉਹ ਕਵਰ ਕਰਦੇ ਹਾਂ ਅਤੇ ਅੱਜ ਦਾ ਜਿਹੜਾ ਇਹ ਕੈਂਪੇਨ ਆ ਇੱਥੇ ਆਲਮੋਸਟ 20 ਬੱਚਿਆਂ ਨੂੰ ਜਿਹੜੇ ਸ਼ੂਜ਼ ਦਿੱਤੇ ਗਏ ਨੇ ਅਤੇ ਬਹੁਤ ਜਲਦੀ ਅਸੀਂ ਨੈਕਸਟ ਪਿੰਡ ਅੱਜ ਅਸੀਂ ਮੋਗਾ ਦੇ ਵਿੱਚ ਸਾਡੇ ਆਲਮੋਸਟ ਸਾਡੇ ਅੱਜ 3-4 ਜਿਹੜੇ ਉਹ ਲਗਾਤਾਰ ਸਾਡੇ ਕੈਂਪੇਨਸ ਆ ਅਤੇ ਅਸੀਂ ਇਸ ਤੋਂ ਬਾਅਦ ਜਿਹੜੇ ਮਿਲਾਂਗੇ ਪਿੰਡ ਦੋਦਰ ਦੇ ਵਿੱਚ ਅਤੇ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਸਾਡੇ ਸ਼ਾਮ ਦੀ ਪੋਸਟ ਜ਼ਰੂਰ ਚੈੱਕ ਕਰੋ 6:30 ਦੀ ਜਿਹਦੇ ਵਿੱਚ ਅਸੀਂ ਸਰਵੇਸ ਪਾਏ ਹੁੰਦੇ ਆ ਅਤੇ ਸਾਨੂੰ ਹੈਲਪ ਕਰੋ ਕੈਂਪੇਨ ਸਪੋਂਸਰ ਕਰਨ ਲਈ ਅਤੇ ਜ਼ਰੂਰ ਕੋਸ਼ਿਸ਼ ਕਰੋ ਆਪਣਾ ਦਸਵੰਧ ਕੱਢਣ ਲਈ ਇਹਨਾਂ ਬੱਚਿਆਂ ਲਈ ਅਤੇ ਤੁਹਾਡੇ ਦਸਵੰਧ ਨਾ ਹੀ ਦੇਖੋ ਅੱਜ ਅਸੀਂ ਜਿਵੇਂ ਜਿਹੜੇ ਨੋਡਵੰਦ ਬੱਚੇ ਸੀ ਉਹਨਾਂ ਨੂੰ ਅਸੀਂ ਬੈਗ ਵੀ ਦੇ ਸਕੇ ਹਾਂ ਅਤੇ ਜਿਸ ਤਰ੍ਹਾਂ ਵੀ ਤੁਹਾਡੇ ਕੋਲ ਸੰਸਥਾ ਨੂੰ ਸਪੋਰਟ ਕੀਤਾ ਜਾਂਦਾ ਹੈ ਤੁਸੀਂ ਜ਼ਰੂਰ ਕਰੋ ਅਤੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਇਸ ਮੁਹਿੰਮ ਨੂੰ ਇੰਨਾ ਪਿਆਰ ਦੇਣ ਲਈ। ਮਨਦੀਪ ਕੌਰ ਸਿੱਧੂ।